ਬਾਈ ਅਸੀਂ ਤਾਂ ਤੁਹਾਨੂੰ ਵਧਾਈ ਦੇਣ ਆਏ ਸੀ ਵੀ ਤੁਹਾਨੂੰ ਪੱਕੀ ਨੌਕਰੀ ਮਿਲ ਗਈ ਤੇ ਤੁਸੀਂ ਹਜੇ ਉੱਤੇ ਖੜੇ ਹੋ। ਇਹ ਵਧਾਈਆਂ ਫਲੈਕਸ ਬੋਰਡਾਂ ਤੇ ਸੋਸ਼ਲ ਮੀਡੀਆ ਤੇ ਲੈਣ ਜੋਗਾ ਛੱਡਿਆ ਸਾਨੂੰ। ਅਸਲੀਅਤ ਦੇ ਵਿੱਚ ਇਹ ਵਧਾਈਆਂ ਮਤਲਬ ਸਾਨੂੰ ਨਹੀਂ ਹੈਗੀਆਂ, ਸਾਡੇ ਨਾਲ ਧੋਖਾ ਹੋਇਆ। ਇੱਕ ਮੁਲਾਜ਼ਮ ਜਿਵੇਂ ਪੰਜਾਬ ਦੇ ਮੁਲਾਜ਼ਮ ਨੇ ਜਿਵੇਂ ਰੈਗੂਲਰ ਹੁੰਦੇ ਨੇ, ਉਸ ਤਰੀਕੇ ਨਾਲ ਰੈਗੂਲਰ ਨਹੀਂ ਕੀਤਾ ਗਿਆ, ਸਿਰਫ ਤਨਖਾਹ ਵਾਧਾ ਕੀਤਾ ਗਿਆ। ਤੁਹਾਡੇ ਤਾਂ ਕੁਛ ਸਾਥੀ ਕਹਿ ਰਹੇ ਨੇ ਵੀ ਸਾਨੂੰ ਬਹੁਤ ਖੁਸ਼ੀ ਆ, ਉਹਨਾਂ ਨੇ ਤਾਂ ਕਿਹਾ ਸਾਡੀਆਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਕਦੇ ਇਹ ਜਿਹੀ ਗੱਲ ਹੀ ਨਹੀਂ ਸੁਣੀ ਜਿਹੋ ਜਿਹੀ ਮਾਨ ਸਾਹਿਬ ਨੇ ਗੱਲ ਸੁਣੀ। ਕੋਈ ਕਿਸੇ ਤਰ੍ਹਾਂ ਦਾ ਜਿਹੜਾ ਮਾਨ ਭੱਤਾ ਹੈਗਾ, ਫੋਨ ਭੱਤਾ ਜੀ, TA DA ਸਾਡੇ ਲਈ ਕੁਛ ਵੀ ਨਹੀਂ ਇਹਦੇ ਵਿੱਚ ਰੱਖਿਆ ਜੀ, ਖਾਲੀ ਡੱਬਾ ਹੈ ਜੀ। ਪਾਰਟੀ ਦਾ ਜਿਹੜਾ IT ਵਿੰਗ ਆ ਉਹ ਤਾਂ ਪ੍ਰਚਾਰ ਹੀ ਇਹ ਕਰ ਰਿਹਾ ਵੀ ਮਾਨ ਸਾਹਿਬ ਮਾਸਟਰ ਦਾ ਮੁੰਡਾ ਹੈਗਾ ਤੇ ਮਾਸਟਰ ਦੇ ਮੁੰਡੇ ਨੂੰ ਮਾਸਟਰਾਂ ਦਾ ਦਰਦ ਪਤਾ ਹੈ। ਫੇਸਬੁੱਕ ਦੇ ਉੱਤੇ ਸਰ ਇਹ ਜਿਹੜੀ ਸਰਕਾਰ ਬਣੀ ਹੋਈ ਸਰਕਾਰ ਹੈ, ਇਹ ਮੀਡੀਆ ਦੇ ਰਾਹੀਂ ਸਰਕਾਰ ਬਣੀ ਸੀ, ਇਹਨੂੰ ਮੀਡੀਆ ਹੀ ਇੱਕ ਦਿਨ ਨੀਚੇ ਡੇਗ ਦੋ। ਮਾਨ ਸਾਹਿਬ ਕੋਲ ਤੁਹਾਡੀ ਕੋਈ ਇਹੋ ਜਿਹੀ ਫਾਈਲ ਪਹੁੰਚ ਗਈ ਹੋਵੇ ਵੀ ਤੁਹਾਡੀ ਪੜ੍ਹਾਈ ਨਾ ਪੂਰੀ ਹੋਵੇ, ਕਦੇ ਤੁਸੀਂ ਅੱਧੇ ਅੱਧੇ ਤਾਂ ਨਹੀਂ ਪੜ੍ਹੇ ਵੇ, ਕੋਈ ਉਹੋ ਜਿਹਾ ਹਿਸਾਬ ਕਿਤਾਬ ਤਾਂ ਨਹੀਂ ਕਰਿਆ? ਜੇਕਰ ਅਸੀਂ ਮੰਨ ਕੇ ਡਿਗਰੀਆਂ ਨਹੀਂ ਰੱਖਦੇ ਜੀ, ਫਿਰ ਇਹ ਸਰਕਾਰ ਦੀ ਨਾਕਾਮੀ ਹੈ ਜੀ, ਸਾਨੂੰ ਕੱਢਦੇ ਕਿਉਂ ਨਹੀਂ ਜੀ? ਸਰਕਾਰ ਸਭ ਤੋਂ ਜ਼ਿਆਦਾ ਤੁਹਾਡੀ ਤਸਵੀਰਾਂ ਤੋਂ ਹੀ ਤੰਗ ਹੋਈ ਹੈ, ਤੁਸੀਂ ਕੀ ਕਿਉਂ ਉਹ ਤਸਵੀਰ ਪਾਈ, ਕੀ ਤੁਸੀਂ ਵਿਰੋਧੀਆਂ ਦੇ ਚੱਕੇ ਹੋ? ਸਾਨੂੰ ਕੋਈ ਨਹੀਂ ਭੜਕਾ ਸਕਦਾ, ਨਾ ਸਾਨੂੰ ਕੋਈ ਭਰਮਾ ਸਕਦਾ। ਸਰਕਾਰ ਨੂੰ ਲੱਗਦਾ ਹੈਗਾ ਕਿ ਅਸੀਂ ਇੰਨਾ ਕੁ ਵਾਧਾ ਕਰਕੇ ਇਹਨਾਂ ਨੂੰ ਪਤਾ ਨਹੀਂ ਕੀ ਕਰਤਾ, ਪਰ ਇਹਨਾਂ ਨੇ ਸਾਡੀ ਜ਼ਿੰਦਗੀ ਹੈ ਜਿਹੜੀ ਵੱਧ ਤੋਂ ਬੱਤਰ ਕਰਤੀ, ਬਿਲਕੁਲ ਹੀ ਖਤਮ ਕਰਤੀ। ਚੀਮਾ ਸਾਹਿਬ ਨਾਲ ਵੀ ਇੱਕ ਦੋ ਵਾਰ ਮੀਟਿੰਗ ਹੋਈ ਆ, ਉਹ ਕਹਿ ਦਿੰਦੇ ਨੇ ਵੀ ਤੁਹਾਡਾ ਕੰਮ CM ਸਾਹਿਬ ਨੇ ਕਰਨਾ ਜੀ, ਖਜ਼ਾਨਾ ਮੰਤਰੀ, ਉਹ ਕਹਿ ਦਿੰਦੇ ਨੇ ਵੀ ਤੁਹਾਡਾ ਕੰਮ CM ਸਾਹਿਬ ਨੇ ਕਰਨਾ। CM ਸਾਹਿਬ ਮੀਟਿੰਗ ਦੇਣ ਤੋਂ ਹਰ ਵਾਰ ਭੱਜ ਜਾਂਦੇ ਨੇ, ਪਤਾ ਨਹੀਂ ਉਹਨਾਂ ਨੂੰ ਕਿਉਂ ਡਰ ਲੱਗਦਾ ਇਸ ਚੀਜ਼ ਤੋਂ। ਅਸੀਂ ਇੱਕ ਅਜਿਹੇ ਟੀਚਰ ਬਣ ਕੇ ਰਹਿ ਗਏ ਕਿ ਨਾ ਤਾਂ ਅਸੀਂ ਆਪਣੇ ਮਾਂ ਬਾਪ ਦੀਆਂ ਇੱਛਾਵਾਂ ਨੂੰ ਪੂਰਾ ਕਰ ਸਕਦੇ ਹਾਂ, ਨਾ ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਵਧੀਆ ਬਣਾ ਸਕਦੇ ਹਾਂ। ਸੁਨਹਿਰੀ ਸਮਾਂ ਸੀਗਾ ਉਹ ਪਿਛਲੀਆਂ ਸਰਕਾਰਾਂ ਨੇ ਬਰਬਾਦ ਕਰਤਾ, ਸਾਡੀ ਜਿਹੜੀ ਜਵਾਨੀ ਸੀ ਉਹ ਸਰਕਾਰਾਂ ਨੇ ਰੋਲਤੀ ਧਰਨਿਆਂ 'ਤੇ ਡਾਂਗਾਂ ਖਾ ਕੇ, ਪਰ ਸਾਨੂੰ ਸੀਗਾ ਵੀ ਜਦੋਂ ਇਹ ਸਰਕਾਰ ਬਣੂਗੀ ਤਾਂ ਸਾਡਾ ਜਿਹੜਾ ਬੁਢਾਪਾ ਹੈਗਾ ਸਾਡਾ ਸੁਧਰ ਜੂਗਾ, ਪਰ ਇਹਨਾਂ ਨੇ ਸਾਡਾ ਬੁਢਾਪਾ ਵੀ ਰੋਕ। ਜੇ IT ਵਿੰਗ ਨੇ ਉਹ ਇਹ ਕਹਿ ਰਹੇ ਆ ਵੀ ਇਹਨਾਂ ਨੇ ਜਿਤਾਇਆ ਹੁਣ ਭੁਗਤੀ ਜਾਣ। ਅਸੀਂ ਪਿੰਡਾਂ ਦੇ ਵਿੱਚ ਜਾ ਕੇ ਸਰ ਵੋਟਾਂ ਮੰਗੀਆਂ ਨੇ ਜੀ ਇਸ ਪਾਰਟੀ ਲਈ ਜੀ, ਅਦਰਵਾਈਜ਼ ਅਸੀਂ ਕਿਸੇ ਪਾਰਟੀ ਨੂੰ ਜੀ ਬਿਲਕੁਲ ਵੀ ਅਸੀਂ ਕਿਸੇ ਨੇ ਵੋਟ ਨਹੀਂ ਮੰਗੀ ਸਰ, ਅਸੀਂ ਤਾਂ ਵੋਟ ਪਾਉਣ ਦੇ ਹੱਕ 'ਚ ਵੀ ਨਹੀਂ ਹੁੰਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ। ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਨੇ ਅਤੇ ਬਹੁਤ ਸਾਰੇ ਮੁੱਦੇ ਸਰਕਾਰ ਕਹਿੰਦੀ ਹੈ ਵੀ ਅਸੀਂ ਹੱਲ ਕਰ ਰਹੇ ਹਾਂ, ਕਿਉਂਕਿ ਇਹ 70 ਸਾਲਾਂ ਦਾ ਗੰਦ ਪਾਇਆ ਵਾਗਾ ਅਕਾਲੀ ਕਾਂਗਰਸੀਆਂ ਦਾ, ਤਾਂ ਇਹ ਹੌਲੀ ਹੌਲੀ ਹੀ ਹੱਲ ਹੋਊਗਾ। ਇਹ ਸਰਕਾਰ ਵੱਲੋਂ ਇੱਕ ਵੱਡਾ ਦਾਅਵਾ ਵੋਟਾਂ ਤੋਂ ਪਹਿਲਾਂ ਕੀਤਾ ਗਿਆ, ਸਰਕਾਰ ਬਣਨ ਤੋਂ ਬਾਅਦ ਜਾਂ ਜਿੰਨੀਆਂ ਜਿਮਣੀ ਚੋਣਾਂ ਆਈਆਂ ਉਹਨਾਂ ਦੇ ਵਿੱਚ ਦਾਅਵਾ ਕੀਤਾ ਗਿਆ, ਅਤੇ ਪਰ ਪੰਜਾਬ ਦੇ ਲੋਕਾਂ ਲਈ ਉਦੋਂ ਬਹੁਤ ਇੱਕ ਵੱਡੀ ਰਾਹਤ ਦੀ ਖਬਰ ਆਈ ਜਦੋਂ ਪੰਜਾਬ ਦੇ ਮੁੱਖ ਮੰਤਰੀ 2-3 ਦਿਨ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਦੇ ਆ ਵੀ ਜਿਹੜੇ ਕੱਚੇ ਮੁਲਾਜ਼ਮਾਂ ਸੀ ਉਹਨਾਂ ਨੂੰ ਪੱਕੇ ਕਰਤਾ ਜਾਂ ਜਿਹੜੀਆਂ ਵੀ ਉਹਨਾਂ ਦੀਆਂ ਮੰਗਾਂ ਸੀ ਅਸੀਂ ਉਹ ਪੂਰੀਆਂ ਕਰਤੀਆਂ, ਉਹਨਾਂ ਨੂੰ ਸਿਰੇ ਚੜਾਤਾ। ਪਰ ਲੋਕ ਖੁਸ਼ ਹੋ ਗਏ, ਸਭ ਖੁਸ਼ ਹੋ ਗਏ, ਪਰ ਕੁਛ ਕੁ ਅਧਿਆਪਕ ਨੇ ਉਹ ਖੁਸ਼ ਨਹੀਂ। ਉਹ ਪਿਛਲੇ 47 ਦਿਨਾਂ ਤੋਂ ਇੱਥੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਦੇ ਨਜ਼ਦੀਕ ਇੱਕ ਟੈਂਕੀ ਆ, ਖੁਰਾਣਾ ਪਿੰਡ ਆ, ਇੱਥੇ ਟੈਂਕੀ ਦੇ ਉੱਤੇ ਇੱਕ ਭਾਈ ਸਾਹਿਬ ਚੜ੍ਹੇ ਬੈਠੇ ਨੇ ਅਤੇ ਮਾਸਟਰ ਥੱਲੇ ਖੜ੍ਹੇ ਨੇ। ਇਹਨਾਂ ਨੂੰ ਪੁੱਛਦੇ ਹਾਂ ਵੀ ਇਹ ਕਿਉਂ ਨਹੀਂ ਖੁਸ਼, ਕੀ ਇਹਨਾਂ ਦੀ ਦਿੱਕਤ ਆ, ਕੀ ਪਰੇਸ਼ਾਨੀ ਆ। ਸਾਡੇ ਨਾਲ ਬਾਈ ਹੁਣੇ ਫੋਨ ਲਾਈਨ 'ਤੇ ਮੌਜੂਦ ਨੇ, ਤੁਸੀਂ ਉੱਪਰ ਤਸਵੀਰ ਵੀ ਦੇਖ ਸਕਦੇ ਹੋ। ਬਾਈ ਜੀ, ਤੁਹਾਡਾ ਨਾਮ ਕੀ ਹੈ ਜੀ? ਹਾਂਜੀ, ਮੇਰਾ ਨਾਮ ਇੰਦਰਜੀਤ ਸਿੰਘ ਹੈ ਜੀ, ਮਾਨਸਾ ਤੋਂ। ਬਾਈ, ਅਸੀਂ ਤਾਂ ਤੁਹਾਨੂੰ ਵਧਾਈ ਦੇਣ ਆਏ ਸੀ ਵੀ ਤੁਹਾਨੂੰ ਪੱਕੀ ਨੌਕਰੀ ਮਿਲ ਗਈ ਤੇ ਤੁਸੀਂ ਹਜੇ ਉੱਤੇ ਖੜੇ ਹੋ। ਇਹ ਵਧਾਈ ਬਾਈ ਜੀ ਸਾਨੂੰ ਝੁਬ ਰਹੀ ਹੈ, ਸਾਡੇ ਜਿਹੜੇ ਸਮਾਜ ਦੇ ਵਿੱਚ ਰਹਿੰਦੇ ਸਾਡੇ ਸਾਥੀ ਨੇ ਉਹ ਵੀ ਬਹੁਤ ਸਾਰੇ ਵਧਾਈਆਂ ਦਿੰਦੇ ਨੇ, ਪਰ ਭਗਵੰਤ ਮਾਨ ਦੀ ਸਰਕਾਰ ਨੇ ਇਹ ਵਧਾਈਆਂ ਫਲੈਕਸ ਬੋਰਡਾਂ ਤੇ ਸੋਸ਼ਲ ਮੀਡੀਆ ਤੇ ਲੈਣ ਜੋਗਾ ਛੱਡਿਆ ਸਾਨੂੰ। ਅਸਲੀਅਤ ਦੇ ਵਿੱਚ ਇਹ ਵਧਾਈਆਂ ਮਤਲਬ ਸਾਨੂੰ ਨਹੀਂ ਹੈਗੀਆਂ, ਸਾਡੇ ਨਾਲ ਧੋਖਾ ਹੋਇਆ। ਪੰਜਾਬ ਸਰਕਾਰ ਨੇ, ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਜੋ ਕਾਗਜ਼ਾਂ ਦੇ ਵਿੱਚ, ਜੋ ਆਪਣੀ ਕੈਬਨਿਟ ਦੇ ਵਿੱਚੋਂ ਸਾਡੇ ਲਈ ਪਾਸ ਕੀਤਾ ਸੀ, ਸਾਡੀਆਂ ਜਿਹੜੀਆਂ ਵੈਰੀਫਿਕੇਸ਼ਨਾਂ ਕਰਵਾਈਆਂ ਸੀ, ਸਾਨੂੰ ਸਹੀ ਤਰੀਕੇ ਨਾਲ ਰੈਗੂਲਰ ਕਰਨ ਦੇ ਜਿਹੜੇ ਵਾਅਦੇ ਦਾਅਵੇ ਕੀਤੇ ਸੀਗੇ, ਉਹ ਤੇ ਖਰਾ ਨਹੀਂ ਉਤਰੀ ਸਰਕਾਰ। ਮੁੱਖ ਮੰਤਰੀ ਭਗਵੰਤ ਮਾਨ ਜੀ ਆਪਣੀ ਮਿੰਟ ਮਿੰਟ ਤੋਂ ਮੁੱਕ ਰਹੇ ਨੇ ਜੀ, ਜਿਹੜੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣੇ ਬਿਆਨਾਂ ਰਾਹੀਂ ਵੀ ਪਿਛਲੇ ਸਮੇਂ 'ਚ ਪੇਸ਼ ਕੀਤੀ ਹੋਈ ਹੈ, ਔਰ ਪੰਜਾਬ ਦੇ ਹਰ ਚੌਂਕ ਦੇ ਵਿੱਚ ਫਲੈਕਸ ਬੋਰਡ ਲੱਗੇ ਹੋਏ ਨੇ, ਉਹਨਾਂ ਤੋਂ ਪੰਜਾਬ ਸਰਕਾਰ ਮੁੱਕ ਰਹੀ ਹੈ ਸਰ ਇਹ। ਪਰ ਪੰਜਾਬ ਸਰਕਾਰ ਨੇ ਤਾਂ ਤੁਹਾਡੀ ਮਸ਼ਹੂਰੀ ਗੁਜਰਾਤ 'ਚ ਵੀ ਕੀਤੀ ਆ, ਸਾਰੇ ਜਿਮਣੀ ਚੋਣਾਂ 'ਚ ਵੀ ਮਸ਼ਹੂਰੀ ਕੀਤੀ ਆ ਵੀ ਅਸੀਂ ਸਾਰਿਆਂ ਨੂੰ ਪੱਕੇ ਕਰਤਾ, ਜਿਹੜੇ ਰਹਿ ਗਏ ਉਹਨਾਂ ਨੂੰ ਪੱਕੇ ਕਰਾਂਗੇ, ਅਸੀਂ ਤਾਂ ਸਾਰਿਆਂ ਦੀਆਂ ਉਮੀਦਾਂ ਦੇ ਖਰੇ ਉੱਤਰ ਰਹੇ ਹਾਂ। ਪੰਜਾਬ ਸਰਕਾਰ ਨੂੰ ਇਹ ਨਾਟਕਬਾਜ਼ੀ ਆਉਂਦੀ ਹੈ ਸਰ, ਜਿਹੜੀ 28 ਤਰੀਕ ਨੂੰ ਤਾਮਰ ਪੱਤਰ ਜਿਹੜੇ ਸਾਨੂੰ ਕੁਲਬੁੱਕਾ ਤਨਖਾਹ ਦੇ ਦਿੱਤੇ ਗਏ ਨੇ, ਇਹ ਵੀ ਪੰਜਾਬ 'ਚ ਕੀ ਪੂਰੇ ਦੇਸ਼ 'ਚ ਲਾਏ ਜਾਣਗੇ, ਪੋਲੀਟੀਕਲ ਸਟੰਟ ਬਣਾਇਆ ਜਾਊਗਾ। ਹਾਲਾਂਕਿ ਅਸੀਂ ਟੈਂਕੀ ਤੇ ਬੈਠੇ ਹਾਂ, ਤੁਹਾਡੇ ਸਾਹਮਣੇ ਆ ਜੀ, ਪੰਜਾਬ ਦੇ ਲੋਕਾਂ ਦੇ ਸਾਹਮਣੇ ਆ, ਸਾਨੂੰ
ਇੱਕ ਮੁਲਾਜ਼ਮ ਜਿਵੇਂ ਪੰਜਾਬ ਦੇ ਮੁਲਾਜ਼ਮ ਨੇ ਜਿਵੇਂ ਰੈਗੂਲਰ ਹੁੰਦੇ ਨੇ ਉਸ ਤਰੀਕੇ ਨਾਲ ਰੈਗੂਲਰ ਨਹੀਂ ਕੀਤਾ ਗਿਆ, ਸਿਰਫ ਤਨਖਾਹ ਵਾਧਾ ਕੀਤਾ ਗਿਆ ਜਿਹਨੂੰ ਪੇਸ਼ ਪੱਕਾ ਹੋਣ ਦੇ ਨਾਂ ਤੇ ਕੀਤਾ ਜਾ ਰਿਹਾ। ਪਰ ਤੁਹਾਡੇ ਤਾਂ ਕੁਝ ਸਾਥੀ ਕਹਿ ਰਹੇ ਨੇ ਵੀ ਸਾਨੂੰ ਬਹੁਤ ਖੁਸ਼ੀ ਆ, ਉਹਨਾਂ ਨੇ ਤਾਂ ਕਿਹਾ ਸਾਡੀਆਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਕਦੇ ਇਹੋ ਜਿਹੀ ਗੱਲ ਹੀ ਨਹੀਂ ਸੁਣੀ ਜਿਹੋ ਜਿਹੀ ਮਾਨ ਸਾਹਿਬ ਨੇ ਗੱਲ ਸੁਣੀ ਆ। ਸਾਡੀ ਤ੍ਰਾਸਦੀ ਦਾ ਆਲਮੀ ਸਾਰ ਇਹ ਆ, ਸਮੇਂ ਸਮੇਂ ਦੀਆਂ ਪਿਛਲੀਆਂ ਸਰਕਾਰਾਂ ਨੇ ਸਾਡੀ ਕਿਰਤ ਦਾ ਸ਼ੋਸ਼ਣ ਕੀਤਾ ਸੀ ਜੀ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸਾਡੀ ਕਿਰਤ ਦੇ ਸ਼ੋਸ਼ਣ ਦੇ ਨਾਲ ਨਾਲ ਸਾਡਾ ਮਾਨਸਿਕ ਤੌਰ ਤੇ ਵੀ ਸ਼ੋਸ਼ਣ ਕੀਤਾ, ਔਰ ਇਹ ਮਾਨਸਿਕ ਤੌਰ ਤੇ ਸ਼ੋਸ਼ਣ ਕਰਦਿਆਂ ਕਰਦਿਆਂ ਬਹੁਤ ਸਾਰੀਆਂ ਕੈਟਾਗਰੀਆਂ ਨੂੰ ਇਹ ਫੀਲ ਹੋਣ ਲਾ ਦਿੱਤਾ ਵੀ ਤੁਸੀਂ ਸਿਰਫ ਤਨਖਾਹ ਵਾਧੇ ਦੇ ਲਾਇਕ ਹੋ। ਤਾਂ ਕੁਛ ਕੈਟਾਗਰੀਆਂ ਨੇ ਆਪਣੀ ਮੰਗ ਨੂੰ ਸਿਰਫ ਤਨਖਾਹ ਵਾਧੇ ਤੱਕ ਸੀਮਿਤ ਰੱਖਿਆ, ਤਾਂ ਉਹਨਾਂ ਦੀ ਉਹ ਤਨਖਾਹ ਵਾਧੇ ਦਾ ਸੀਮਿਤ ਸੀ ਜਿਹੜਾ ਕੰਮ ਉਹ ਹੋ ਗਿਆ ਜੀ। ਤਾਂ ਉਹਨਾਂ ਨੇ ਮਤਲਬ ਵਧਾਈਆਂ ਕਬੂਲੀਆਂ, ਪੰਜਾਬ ਸਰਕਾਰ ਦੇ ਹੱਕ 'ਚ ਨਾਅਰੇ ਵੀ ਲਾਏ, ਪਰ ਅਸੀਂ ਦੋ ਕੈਟਾਗਰੀਆਂ ਇਹ ਜੀਆਂ ਪੰਜਾਬ ਦੇ ਵਿੱਚ IEV ਤੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਜਿਹਨਾਂ ਨੂੰ ਪ੍ਰੋਪਰ ਚੈਨਲ ਰੈਗੂਲਰ ਕਰਨ ਦੇ ਸਰਕਾਰ ਨੇ ਦਾਅਵੇ ਕੀਤੇ ਸੀ, ਫਲੈਕਸ ਬੋਰਡ ਵੀ ਲਾਏ ਸੀ, ਤੇ ਉਹਨਾਂ ਦਾਅਵਿਆਂ ਤੋਂ ਮੁੱਕ ਰਹੀ ਹੈ ਸਰਕਾਰ। ਤਾਂ ਅਸੀਂ ਆਪਣੀ ਇਹ ਜਿਹੜੀ ਹੈਗੀ ਸੰਘਰਸ਼ ਹੈ ਇਹਦੇ ਰਾਹੀਂ ਲੋਕਤੰਤਰੀ ਰਾਜ ਦੇ ਵਿੱਚ ਆਪਣੀ ਆਵਾਜ਼ ਪੰਜਾਬ ਸਰਕਾਰ ਤੱਕ ਪਹੁੰਚਾ ਰਹੇ ਹਾਂ ਜੀ। ਇੰਦਰਜੀਤ ਜੀ, ਪਿਛਲੇ ਦਿਨਾਂ ਦੇ ਵਿੱਚ ਇੱਕ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਉਂਦਾ ਗਾ ਕਿਸਾਨ ਜਥੇਬੰਦੀਆਂ ਨੂੰ ਲੈ ਕੇ, ਉਹ ਕਹਿੰਦੇ ਵੀ ਇਹ ਤਾਂ ਥਾਂ ਲੱਭਦੇ ਰਹਿੰਦੇ ਆ ਧਰਨੇ ਲਈ, ਤੇ ਜੇ ਹੁਣ ਤੁਹਾਡੇ ਲਈ ਇਹੋ ਜਿਹਾ ਬਿਆਨ ਆ ਗਿਆ ਵੀ ਤੁਸੀਂ ਥਾਂ ਲੱਭਦੇ ਰਹਿੰਦੇ ਹੋ ਵੀ ਅਸੀਂ ਬਹੁਤ ਕੁਛ ਕਰਤਾ, ਇੰਨੇ ਵਾਰੀ ਐਲਾਨ ਹੋ ਗਏ, ਇੰਨੇ ਬੋਰਡ ਲੱਗ ਗਏ, ਵੀ ਇਹ ਤਾਂ ਹਜੇ ਨਹੀਂ ਖੁਸ਼ ਹੁੰਦੇ, ਇਹਨਾਂ ਦਾ ਢਿੱਡ ਪਤਾ ਨਹੀਂ ਕਿਵੇਂ ਭਰੂਗਾ, ਫਿਰ ਕੀ ਕਹੋਗੇ? ਅਸੀਂ ਪੰਜਾਬ ਦੇ ਲੋਕਾਂ ਨੂੰ ਇਹੀ ਦੱਸਣਾ ਚਾਹੁੰਦੇ ਹਾਂ ਸਰ ਵੀ ਸਾਡੇ ਸਾਨੂੰ ਪੱਕੇ ਕਰਨ ਦਾ ਐਲਾਨ 15 ਵਾਰੀ ਹੋ ਗਿਆ ਜੀ। ਪੱਕੇ ਉਹਦਾ 1 ਵਾਰੀ ਕਰਨਾ ਸੀ, ਐਲਾਨ 15 ਵਾਰੀ ਹੋ ਗਿਆ। ਜਦੋਂ 1 ਵਾਰੀ ਪੱਕੇ ਕਰਨ ਦਾ ਆਖਰੀ ਐਲਾਨ ਹੋਇਆ ਉਹ ਵੀ ਅਧੂਰਾ ਨਿਕਲਿਆ। ਅਸੀਂ ਪੰਜਾਬ ਦੇ ਲੋਕਾਂ ਨੂੰ ਇਹੀ ਦੱਸਣਾ ਚਾਹੁੰਦੇ ਹਾਂ ਵੀ ਇਹ ਸਰਕਾਰ ਆਵਾਜ਼ ਉਠਾ ਰਹੇ ਲੋਕਾਂ ਨੂੰ ਕਿਵੇਂ ਆਪਣੇ ਜਿਹੜੇ ਹੈਗੇ ਪ੍ਰਭਾਵਸ਼ਾਲੀ ਸ਼ਬਦਾਂ ਦੇ ਨਾਲ, ਨਾਟਕੀ ਸ਼ਬਦਾਂ ਦੇ ਨਾਲ ਕਿਵੇਂ ਦੱਬ ਰਹੇ ਆ। ਪਰ ਅਸੀਂ ਪੜ੍ਹਿਆ ਲਿਖਿਆ ਵਰਗ ਹਾਂ ਸਰ, ਅਸੀਂ ਪੰਜਾਬ ਦੇ ਲੋਕਾਂ 'ਚ ਆਪਣੀ ਗੱਲ ਰੱਖਣ ਦਾ ਦਮ ਰੱਖਦੇ ਹਾਂ, ਨੌਲੇਜ ਰੱਖਦੇ ਹਾਂ, ਸਮਝ ਰੱਖਦੇ ਹਾਂ। ਅਸੀਂ ਇਹਨਾਂ ਵੱਲੋਂ ਸਾਡੇ ਨਾਲ ਜਿਹੜਾ ਨਾਟਕੀ ਢੰਗ ਦੇ ਨਾਲ ਸਾਡੇ ਨਾਲ ਖਿਲਵਾੜ ਕੀਤਾ ਜਾ ਰਿਹਾ ਉਹ ਪੰਜਾਬ ਦੇ ਲੋਕਾਂ 'ਚ ਲੈ ਕੇ ਜਾਵਾਂਗੇ ਜੀ। ਜੀ ਇੰਦਰਜੀਤ ਜੀ, ਮੈਂ ਤੁਹਾਡੇ ਸਾਥੀਆਂ ਨਾਲ ਗੱਲ ਕਰ ਲਾਂ ਜੀ, ਧੰਨਵਾਦ ਜੀ। ਜੀ ਸਰ ਜੀ, ਬਾਈ ਜੀ, ਸਰਕਾਰ ਕਹਿੰਦੀ ਆ ਵੀ ਅਸੀਂ ਨੌਕਰੀ ਦੇ ਤੀ, ਤੁਸੀਂ ਆਪ ਹੀ ਦੱਸਿਆ ਗਾ ਜਿਵੇਂ ਪਹਿਲਾਂ ਆਪਣੀ ਗੱਲ ਹੋ ਰਹੀ ਸੀ ਵੀ ਬਹੁਤ ਵਾਰੀ ਬੋਰਡ ਵੀ ਲੱਗ ਗਏ, ਬੋਰਡਾਂ ਦੀ ਗਿਣਤੀ ਵੀ ਸ਼ਾਇਦ ਤੁਸੀਂ ਕਰੀ ਬੈਠੇ ਹੋਵੋਗੇ, ਹੁਣ ਵੀ ਵਿਧਾਨਾਂ ਹੋ ਗਈਆਂ, ਸਾਰੇ ਪੰਜਾਬ ਨੂੰ ਖੁਸ਼ ਕਰਤਾ, ਪਰ ਤੁਸੀਂ ਹਜੇ ਨਹੀਂ ਖੁਸ਼ ਹੋ ਰਹੇ। ਸਰ ਜੋ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਜੀ, ਵਾਅਦੇ ਦੇ ਮੁਤਾਬਕ ਸਰ ਉਹਨਾਂ ਨੇ ਪਾਲਿਸੀ ਦੇ ਵਿੱਚ ਲਿਆ ਕੇ ਸਾਨੂੰ ਜੀ 10 ਸਾਲਾ ਪਾਲਿਸੀ ਦੇ ਵਿੱਚ ਲਿਆ ਕੇ ਰੈਗੂਲਰ ਕਰਨਾ ਸੀਗਾ ਸਰ। ਪਰ ਸਰ ਇਹ ਰੈਗੂਲਰ ਇਹਨੂੰ ਅਸੀਂ ਕਹਿ ਨਹੀਂ ਸਕਦੇ, ਜਿਹੜਾ ਮਾਨ ਸਾਹਿਬ ਰੈਗੂਲਰ ਸ਼ਬਦ ਸਾਡੇ ਲਈ ਵਰਤ ਰਹੇ ਨੇ, ਕਿਉਂਕਿ ਇਹਦੇ ਵਿੱਚ ਸਰ ਕੋਈ ਸਰਵਿਸ ਰੂਲ ਨਹੀਂ, ਕੋਈ CSR ਰੂਲ ਨਹੀਂ ਜੀ, ਕੋਈ ਸਾਨੂੰ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਮਾਨ ਭੱਤਾ ਹੈਗਾ, ਫੋਨ ਭੱਤਾ ਜੀ, TA DA ਸਾਡੇ ਲਈ ਕੁਛ ਵੀ ਨਹੀਂ ਇਹਦੇ ਵਿੱਚ ਰੱਖਿਆ ਜੀ, ਇਹ ਖਾਲੀ ਡੱਬਾ ਹੈ ਜੀ। ਇੱਕ ਉਹਨਾਂ ਨੇ ਇੱਕ ਨਿਗੋਣਾ ਜਾਂ ਵਾਧਾ ਵੀ ਕਹਿ ਸਕਦੇ ਸਰ, ਵਾਧਾ ਹੋਇਆਗਾ 5500 ਤੋਂ ਸਾਡੀ ਤਨਖਾਹ ਜਿਹੜੀ ਉਹ 15000 ਜ਼ਰੂਰ ਕੀਤੀ ਜੀ, ਪਰ ਇਹ ਸਾਰੇ ਮਤਲਬ ਕਿ ਮੈਗਾ ਹਾਈ ਨੂੰ ਦੇਖਦੇ ਹੋਏ 15000 ਕੁਛ ਵੀ ਨਹੀਂ ਹੈਗਾ ਜੀ, ਇੱਕ ਵਾਧਾ ਹੈ ਸਰ। ਤੇ ਪੱਕੇ ਹੈ ਨਹੀਂ ਤੁਸੀਂ? ਨਹੀਂ ਸਰ, ਪੱਕੇ ਤਾਂ ਅਸੀਂ ਹੈ ਨਹੀਂ ਜੀ, ਪੱਕੇ ਤਾਂ ਸਰ ਜਦੋਂ ਮਾਨ ਸਾਹਿਬ ਨੂੰ ਸ਼ਾਇਦ ਮੇਰੇ ਖਿਆਲ 'ਚ ਖੁਦ ਨਹੀਂ ਪਤਾ ਹੈਗਾ ਵੀ ਪੱਕੇ ਕਿਵੇਂ ਹੁੰਦਾ ਹੈਗਾ, ਤਾਂ ਮਾਨ ਸਾਹਿਬ ਆਪਦੀ ਮਾਤਾ ਜੀ ਤੋਂ ਪੁੱਛ ਲੈਣ, ਕਿਉਂਕਿ ਉਹ ਇੱਕ ਟੀਚਰ ਦੇ ਬੇਟੇ ਨੇ ਸਰ, ਉਹ ਆਪਦੀ ਮਾਤਾ ਜੀ ਨੂੰ ਪੁੱਛ ਲੈਣ ਵੀ ਉਹਨਾਂ ਦੀ ਮਾਤਾ ਜੀ ਪੈਨਸ਼ਨ ਕਿਸ ਚੀਜ਼ ਦੀ ਲੈ ਰਹੇ ਨੇ ਅੱਜ। ਜੇਕਰ ਉਹਨਾਂ ਦੇ ਫਾਦਰ ਸਾਹਿਬ ਪੱਕੇ ਟੀਚਰ ਸੀਗੇ ਤਾਂ ਉਹਨਾਂ ਦੇ ਫਾਦਰ ਸਾਹਿਬ ਦੀ ਜਿਹੜੀ ਪੈਨਸ਼ਨ ਹੈਗੀ ਉਹਨਾਂ ਦੀ ਮਾਤਾ ਜੀ ਨੂੰ ਆ ਰਹੀ ਹੈ ਸਰ, ਮਾਨ ਸਾਹਿਬ ਸਾਨੂੰ ਦੱਸ ਸਕਦੇ ਨੇ ਕਿ ਸਾਡੀ ਜਿਹੜੀ ਪੈਨਸ਼ਨ ਉਹ ਕਿਹਨੂੰ ਆਊਗੀ ਜੀ, ਕਿਉਂ ਆਊਗੀ ਜੀ, ਕਿਵੇਂ ਆਊਗੀ ਜੀ। ਪਰ ਆਮ ਆਦਮੀ ਪਾਰਟੀ ਦਾ ਜਿਹੜਾ IT ਵਿੰਗ ਆ ਉਹ ਤਾਂ ਪ੍ਰਚਾਰ ਹੀ ਇਹ ਕਰ ਰਿਹਾ ਵੀ ਮਾਨ ਸਾਹਿਬ ਮਾਸਟਰ ਦਾ ਮੁੰਡਾ ਗਾ ਤੇ ਮਾਸਟਰ ਦੇ ਮੁੰਡੇ ਨੂੰ ਮਾਸਟਰਾਂ ਦਾ ਦਰਦ ਪਤਾ ਹੈਗਾ। ਸਰ ਪ੍ਰਚਾਰ ਦੇ ਵਿੱਚ ਤਾਂ ਜੀ, ਇਸ਼ਤਿਹਾਰਬਾਜ਼ੀ ਦੇ ਵਿੱਚ ਤਾਂ ਜੀ, ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਫੇਸਬੁੱਕ ਦੇ ਉੱਤੇ ਸਰ ਇਹ ਜਿਹੜੀ ਸਰਕਾਰ ਬਣੀ ਹੋਈ ਸਰਕਾਰ ਹੈ, ਇਹ ਮੀਡੀਆ ਦੇ ਰਾਹੀਂ ਸਰਕਾਰ ਬਣੀ ਸੀ, ਇਹਨੂੰ ਮੀਡੀਆ ਹੀ ਇੱਕ ਦਿਨ ਨੀਚੇ ਡੇਗ ਦੂਗਾ ਜੀ। ਇਹ ਪ੍ਰਚਾਰ ਦੇ ਵਿੱਚ ਜ਼ਰੂਰ ਕਹਿੰਦੇ ਕਿ ਮਾਸਟਰ ਦਾ ਮੁੰਡਾ ਹੈਗਾ, ਇਹਨੂੰ ਮਾਸਟਰਾਂ ਬਾਰੇ ਇੰਨ ਬਿੰਨ ਪਤਾ ਹੈਗਾ ਵੀ ਕਿਵੇਂ ਘਰ ਚੱਲਦੇ ਹੈਗਾ ਸਰ। ਪਰ ਮਾਨ ਸਾਹਿਬ ਮੈਨੂੰ ਹੀ ਸਮਝ ਨਹੀਂ ਆ ਰਹੀ ਜੀ, ਮਾਨ ਸਾਹਿਬ ਦੀ ਜੀ ਜੋ ਸਾਨੂੰ ਕੱਲ੍ਹ ਪਰਸੋਂ ਜੀ ਇਹਨਾਂ ਨੇ ਜੀ ਨਿਯੁਕਤੀ ਪੱਤਰ ਵੰਡੇ ਨੇ ਜੀ, ਉਹਦੇ ਵਿੱਚ ਕਿਤੇ ਵੀ ਸਾਨੂੰ ਉਹ ਦਿਖਾ ਦੇਣ ਵੀ ਇਹਦੇ ਵਿੱਚ ਜਿਹੜੇ ਪੂਰੇ ਸਰਵਿਸ ਰੂਲ ਦੇ ਨਾਲ ਅਸੀਂ ਤੁਹਾਨੂੰ ਪੱਕੇ ਕਰ ਰਹੇ ਹਾਂ ਸਰ। ਮੈਂ ਫਿਰ ਬੇਨਤੀ ਕਰਦਾ ਮਾਨ ਸਾਹਿਬ ਨੂੰ ਵੀ ਮਾਨ ਸਾਹਿਬ ਆਪਣੀ ਇੱਕ ਵਾਰੀ ਮਾਤਾ ਤੋਂ ਜ਼ਰੂਰ ਪੁੱਛ ਲੈਣ, ਕਿਉਂਕਿ ਉਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਉਹ ਕੋਈ ਮਾਸਟਰ ਸੀਗੇ, ਮਹਿੰਦਰ ਸਿੰਘ ਜੀ, ਉਹ ਪੁੱਛ ਲੈਣ ਵੀ ਪੱਕੇ ਰੈਗੂਲਰ ਟੀਚਰ ਕਿਵੇਂ ਹੁੰਦੇ ਆ ਜੀ। ਕੀ ਪਤਾ ਮਾਨ ਸਾਹਿਬ ਕੋਲੇ ਤੁਹਾਡੀ ਕੋਈ ਇਹੋ ਜਿਹੀ ਫਾਈਲ ਪਹੁੰਚ ਗਈ ਹੋਵੇ ਵੀ ਤੁਹਾਡੀ ਪੜ੍ਹਾਈ ਨਾ ਪੂਰੀ ਹੋਵੇ, ਕਦੇ ਤੁਸੀਂ ਅੱਧੇ ਅੱਧੇ ਤਾਂ ਨਹੀਂ ਪੜ੍ਹੇ ਵੇ, ਕੋਈ ਉਹੋ ਜਿਹਾ ਹਿਸਾਬ ਕਿਤਾਬ ਤਾਂ ਨਹੀਂ ਕਰਿਆ ਵਾ? ਸਰ ਬਿਲਕੁਲ ਨਹੀਂ ਜੀ,
जो सरकार के हदायतें होंदिया ने जिवें असीं स्कूलों के पढ़ा रहे हैं साढ़े को जी डिग्रियां है जी एन टी टी है ई टी टी है जी टैट पास हाँ जी असं एम ए बी एड बैठे हाँ सर स्कूलों के जी जेकर असी मतलब कि डिग्रियां नहीं रखते जी फिर सरकार की नाकामी है जी सानू कढ़ते क्यों नहीं जी वो कढ़ देण जी फिर सानू जी फिर इन्ने सालों तो बच्चों का भविख क्यों खराब सब तो खराब कराया जी बच्चों का जी सानू तो चलो इस चीज़ का नहीं पता जी सरकार तो ऐसा पता जी सरकार ने जो सानू रखे है तो सरकार ने सानू कुछ देख के ही रखा होगा जी फिर अज सरकार सानू किवें कह सकती है कि तुसीं एजुकेटड नहीं है जी जी साढ़े नाल मैडम ने मैडम तुहाडी पिछले दिनों दे विच तस्वीर भी आउंदी है सरकार सब तो ज़्यादा तुहाडी तस्वीरां तो ही तंग हुई है तुसीं की क्यों वह तस्वीर पाई की तुसीं विरोधियों के चक्के हुए हो क्योंकि अक्सर ही यह जे इल्जाम लगते भी इन्हों कांग्रसियों ने शह देती हो अकालियों ने शह देती हो बिल्कुल नहीं जी किसी की शह नहीं हैगी सानू असी आपदी क्वालिफिकेशन है साड़ी पूरी है सब की तो साडा धरना हैगा जिहड़ा पिछले 48 दिनों तो चल रहा ये वाला तो पर जिहड़ा साडा संघर्ष हैगा जिंदगी का वह पिछले 17-18 साल तो लगातार चल रहा है सरकारां दे खिलाफ जिहड़ियां भी सरकार सत्ता दे विच आउंदी है उन्हां सरकारां दे खिलाफ तो हुण इह सरकार सत्ता दे विच है तां साडा संघर्ष इस सरकार दे खिलाफ हैगा तो जिहड़ी तुसीं वीडियो की गल कर दोगे वह 1 जुलाई नूं साडा शांतमई प्रदर्शन सीगा सीएम नूं आपदा वादा याद करवाउण दा उहदी कोठी तक जाण दा कि जिहड़ा वोटां तो पहलां तुसीं साडे नाल रैगूलर करन दा 10 साल पॉलिसी दे तहत वादा कीता सीगा तो वनू तुसी पूरा करो तो शांतमई प्रदर्शन के जो असं इतने निकले सारे साथी साढ़े नाल भरातरी जथेबंदियां किसान जथेबंदियां स्टूडेंट यूनियन सारे साढ़े नाल सीगे तो इतने प्रशासन वालों रोक के साढ़े सारे भैन भरावां ते लाठीचार्ज किया गया तो बहुत सारे लोगों के सट्टा भी बजियां जिदे विच मेरे भी पैर ते सट्ट लगी सी तो जो 3 जुलाई मैं स्कूल गई तो बच्चों ने मैनू पुछया भी मैडम थोड़े पैर ते की लग्या तो सुभाविक है कि आपां बच्चों नू दसांगे अच्छा वो बच्चे छोटे सीगे मनते हैं बट जिहड़े साडे घर दे विच बच्चे ने 5-5 साल के 7 साल के वह भी छोटे बच्चे ने जो उन्होंने असं सारी गल दस सकते हैं उन्होंने पता है कि साडे माँ बाप नाल की हो रहा है तो वह बच्चे जिन्हों असं स्कूलों पढ़ाने वह भी साडे धी पुत ने गे जो असं उन्होंने सारा दिन एक मावां की तरह ट्रीट करके पढ़ाने गे तो साडा फर्ज बनता है कि असं उन्होंने भी गल दसी तो मैं उन्होंने वो गल दसी वीडियो वायरल हुई तो उस तो बाद मैनू एक कारण दसो नोटिस आया तो वह जवाब असी ने दिता कोई दिक्कत नहीं हैगी हाँ भड़काने की गल सानू कोई नहीं भड़का सकता ना सानू कोई भरमा सकता असी एक पढ़िया लिखिया वर्ग आगे वैल क्वालिफाइड हाँ सारे तो आपकी इन्नी क समझ रखते हैं कि साडा जिहड़ी मंग है वह की है असी सरकार नू उहदे तक किवें पहुँचाउणा हैगा जी पर एक होर जिहड़ी कल परसों तस्वीर आई है वह तुहाडियां ही भैणां गईआं उन्होंने तो खुशी जाहिर करती वह कहिंदे भी सानू नौकरी मिल गई इह जी सरकार तो असी सोचा भी नहीं सी कोई बनूगी जिहड़ी सानू नौकरी दे दू तां बागो बाग ने सर हाँ जी उन्हां दी जिहड़ी मंग हैगी शायद तनखाह वाधे दी सीगी उन्हां टीचरां दी जिहड़ी मंग सीगी केडर दी वह तनखाह वाधे दी सीगी ते उन्हां नूं वह तनखाह वाधा मिल गया वह इस करके खुश ने सीएम ने गलवकड़ी भी पाई आ सब कुछ किया हैगा बड़े उत्थे चौ लाड होए ने गे ते उन्हां दी जिन्नी क मंग सीगी उन्हां नूं मिल गई साडी मंग पिछले 18 सालों तो कदे भी तनखाह वादे की नहीं सी साडी मंग हमेशा रेगुलर टीचर की रही हैगी ते सानू सिविल सर्विस रूल दे अकॉर्डिंग सरकार पक्का करे साडियां सारियां योग्यता असीं पूरियां करदे आं 10 साल की पॉलिसी बनाई सी साडे तां 15-15 साल बिना ब्रेक तो सर्विस हैगी ते जिहड़े एक मुलाजम के उपर रूल लगने चाहिए ने उन्हां नू मतलब कि जिवें टीए हो गया 40% डीए हो गया टीए हो गया तो सिविल सर्विस के अकॉर्डिंग मैडिकल पत्ता हो गया जे तुहाडे नाल कोई अणचाणी घटना वापर जाती अणचाही घटना तो तुहानू सरकार वालों क्लेम मिलता है वह साडे ते इन्हां दे विचों कोई भी रूल लागू नहीं किया सिर्फ तनखाह दे विच इक निगूणा वाधा किया गा ते उहदे विच इक 5% सालाना इंक्रीमेंट हैगा ये तो बिना कोई भी रूल साडे ते सरकार ने लागू नहीं किया तो इस तरह सरकार सानू पक्के नहीं ਸਗੋਂ ਹੋਰ ਜ਼ਿਆਦਾ ਕੱਚੇ ਕਰ ਰਹੀ ਹੈਗੀ ਜੀ ਇੱਕ ਸਵਾਲ ਹੋਰ ਆ ਥੋੜਾ ਜਿਹਾ ਹਟ ਕੇ ਆ ਜਿਵੇਂ ਤੁਸੀਂ ਉਹ ਤਸਵੀਰਾਂ ਦੇਖੀਆਂ ਵੀ ਭਾਵਕ ਹੋਏ ਇਨਸਾਨ ਦਾ ਭਾਵਕ ਹੋਣਾ ਜਾਂ ਬਹੁਤ ਸਾਰੇ ਖੁਸ਼ੀ ਦਾ ਜ਼ਾਹਰ ਹੋਣਾ ਪਰ ਜਦੋਂ ਤੁਹਾਡੀ ਨਿੱਜੀ ਜ਼ਿੰਦਗੀ ਵੱਲ ਅਸੀਂ ਝਾਕ ਮਾਰਦੇ ਹਾਂ ਤੁਸੀਂ ਸਾਰੇ ਜਣੇ ਖੜੇ ਹੋ ਤੁਹਾਡੀ ਨਿੱਜੀ ਜ਼ਿੰਦਗੀ 'ਤੇ ਇਸ ਚੀਜ਼ ਦਾ ਕਿੰਨਾ ਕੁ ਅਸਰ ਪੈ ਰਿਹਾ ਹੈਗਾ ਕਿਉਂਕਿ 18 ਸਾਲ ਦਾ ਜਿਹੜਾ ਵਕਵਾ ਹੈਗਾ ਉਹ ਬਹੁਤ ਲੰਬਾ ਗਾ ਅਤੇ ਹੁਣ ਜਿਹੜਾ ਕੋਝੇ ਮਜ਼ਾਕ ਹੋ ਰਹੇ ਆ ਤੁਹਾਡੇ ਤੁਸੀਂ ਤਾਂ ਇਹੀ ਕਹਿ ਰਹੇ ਹੋ ਵੀ ਕੋਝੇ ਮਜ਼ਾਕ ਇੰਨੇ ਵਾਰੀ ਤਸਵੀਰਾਂ ਲੱਗੀਆਂ ਤੁਹਾਨੂੰ ਤਾਂ ਗੁਜਰਾਤ 'ਚ ਵੀ ਵੇਚ ਕੇ ਆ ਗਏ ਇਹ ਤਾਂ ਉਹ ਕੀ ਪ੍ਰਭਾਵ ਜਾ ਰਿਹਾ ਤੁਹਾਡੀ ਮਾਨਸਿਕਤਾ ਤੇ ਕੀ ਜਾ ਰਿਹਾ ਤੁਹਾਡੇ ਬੱਚਿਆਂ ਤੇ ਤੁਹਾਡੇ ਪਰਿਵਾਰ ਤੇ ਬਿਲਕੁਲ ਜੀ ਪਿਛਲੇ 18 ਸਾਲ ਤੋਂ ਅਸੀਂ ਬਹੁਤ ਹੀ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇਗੇ ਜੀ ਇਹਦੇ ਵਿੱਚ ਸਾਡੀ ਤਨਖਾਹ ਪਹਿਲਾਂ ਬਹੁਤ ਘੱਟ ਸੀ ਸਟਾਰਟਿੰਗ ਦੇ ਵਿੱਚ ਜਦੋਂ ਸਾਨੂੰ ਰੱਖਿਆ ਸੀਗਾ ਤੇ ਹੌਲੀ ਹੌਲੀ ਪਿਛਲੀਆਂ ਸਰਕਾਰਾਂ ਨੇ ਉਹਦੇ ਵਿੱਚ ਕਦੇ ਥੋੜਾ ਜਿਹਾ ਵਾਧਾ ਕਰਤਾ ਥੋੜਾ ਜਿਹਾ ਵਾਧਾ ਕਰਤਾ ਤਾਂ ਸਾਡੀ ਤਨਖਾਹ ਹੁਣ 11,000 ਤੱਕ ਸੀਗੀ ਜੀ
ਤੇ ਉਸ ਤੋਂ ਬਾਅਦ ਚ ਹੁਣ ਇਹਨਾਂ ਨੇ ਜਿਹੜੀ ਸਾਡੀ ਤਨਖਾਹ ਵਧਾਈ ਹੈ ਵਾਧਾ ਕੀਤਾ ਹੈਗਾ ਉਹ ਵੀ ਕੋਈ ਜ਼ਿਆਦਾ ਨਹੀਂ ਕੀਤਾ ਹੈਗਾ ਤਾਂ ਇਸ ਚੀਜ਼ ਦਾ ਸਾਡੀ ਜ਼ਿੰਦਗੀ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਹੈਗਾ ਕਿਉਂਕਿ ਅਸੀਂ ਇੱਕ ਅਜਿਹੇ ਟੀਚਰ ਬਣ ਕੇ ਰਹਿ ਗਏ ਕਿ ਨਾ ਤਾਂ ਅਸੀਂ ਆਪਣੇ ਮਾਂ ਬਾਪ ਦੀਆਂ ਇੱਛਾਵਾਂ ਨੂੰ ਪੂਰਾ ਕਰ ਸਕਦੇ ਹਾਂ ਨਾ ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਵਧੀਆ ਬਣਾ ਸਕਦੇ ਹਾਂ ਅਤੇ ਸਾਡੀ ਆਪਦੀ ਜ਼ਿੰਦਗੀ ਤਾਂ ਨਰਕ ਬਣੀ ਗਈ ਅਤੇ ਜਦੋਂ ਅਸੀਂ ਇਹ ਸੋਚਦੇ ਹਾਂ ਕਿ ਸਾਡੀਆਂ ਤਾਂ ਤਿੰਨ ਪੀੜ੍ਹੀਆਂ ਬਰਬਾਦ ਹੋ ਗਈਆਂ ਸਾਡੇ ਮਾਂ ਬਾਪ ਦੀ ਜ਼ਿੰਦਗੀ ਬਰਬਾਦ ਹੈ ਸਾਡੀਆਂ ਸਾਡੇ ਸਿਰ 'ਤੇ ਉਹ ਬੈਠੇ ਨੇ ਮਾਂ ਬਾਪ ਸਾਡੇ ਉਹ ਇੰਨੇ ਸਾਲਾਂ ਤੋਂ ਵੇਟ ਕਰ ਰਹੇ ਨੇ ਗੇ ਇੰਨੀਆਂ ਸਰਕਾਰਾਂ ਨੂੰ ਦੇਖ ਰਹੇ ਨੇ ਕਿ ਕਦੋਂ ਸਾਡੇ ਬੱਚੇ ਪੱਕੇ ਹੋਣਗੇ ਅਤੇ ਹੁਣ ਸਾਡੀ ਜ਼ਿੰਦਗੀ ਹੈ ਜਿਹੜੀ ਸਾਡੀ ਦੂਜੀ ਪੀੜ੍ਹੀ ਹੋ ਗਈ ਸਾਡੀ ਜ਼ਿੰਦਗੀ ਬਰਬਾਦ ਹੈ ਅਤੇ ਅਸੀਂ ਆਪਦੇ ਬੱਚਿਆਂ ਨੂੰ ਸਹੀ ਐਜੂਕੇਸ਼ਨ ਨਹੀਂ ਦੇ ਪਾ ਰਹੇ ਇਸ ਚੀਜ਼ ਕਾਰਨ ਉਹਨਾਂ ਨੂੰ ਉਹਨਾਂ ਦੇ ਚੌ ਲਾੜ ਨਹੀਂ ਪੂਰੇ ਕਿ ਸਾਡੇ ਬੱਚਿਆਂ ਦੀ ਜ਼ਿੰਦਗੀ ਵੀ ਬਰਬਾਦ ਹੈ ਸਰਕਾਰ ਨੂੰ ਲੱਗਦਾ ਹੈਗਾ ਕਿ ਅਸੀਂ ਇੰਨਾ ਕੁ ਵਾਧਾ ਕਰਕੇ ਇਹਨਾਂ ਨੂੰ ਪਤਾ ਨਹੀਂ ਕੀ ਕਰਤਾ ਪਰ ਇਹਨਾਂ ਨੇ ਸਾਡੀ ਜ਼ਿੰਦਗੀ ਹੈ ਜਿਹੜੀ ਵੱਧ ਤੋਂ ਬੱਤਰ ਕਰਤੀ ਬਿਲਕੁਲ ਹੀ ਖਤਮ ਕਰਤੀ ਸਾਡੇ ਕੋਲ ਕਹਿਣ ਨੂੰ ਕੋਈ ਸ਼ਬਦ ਨਹੀਂ ਹੈਗਾ ਕਿ ਅਸੀਂ ਜ਼ਿੰਦਗੀ ਜੀ ਰਹੇ ਹਾਂ ਬਸ ਇੱਕ ਦਿਨ ਘਟੀ ਕਰ ਰਹੇ ਹਾਂਗੇ ਹੋਰ ਸਾਡੇ ਕੋਲ ਕੁਛ ਨਹੀਂ ਹੈਗਾ ਜਿਹੜਾ ਇਹ ਜ਼ਿੰਦਗੀ ਦਾ ਸਾਡੀ ਦਾ ਮਤਲਬ ਕਿ ਸੁਨਹਿਰੀ ਸਮਾਂ ਸੀਗਾ ਉਹ ਪਿਛਲੀਆਂ ਸਰਕਾਰਾਂ ਨੇ ਬਰਬਾਦ ਕਰਤਾ ਸਾਡੀ ਜਿਹੜੀ ਜਵਾਨੀ ਸੀ ਉਹ ਸਰਕਾਰਾਂ ਨੇ ਰੋਲਤੀ ਧਰਨਿਆਂ 'ਤੇ ਡਾਂਗਾਂ ਖਾ ਕੇ ਪਰ ਸਾਨੂੰ ਸੀਗਾ ਵੀ ਜਦੋਂ ਇਹ ਸਰਕਾਰ ਬਣੂਗੀ ਤਾਂ ਸਾਡਾ ਜਿਹੜਾ ਬੁਢਾਪਾ ਹੈਗਾ ਸਾਡਾ ਸੁਧਰ ਜੂਗਾ ਪਰ ਇਹਨਾਂ ਨੇ ਸਾਡਾ ਬੁਢਾਪਾ ਵੀ ਰੋਲਤਾ ਹੁਣ ਸਾਡੇ ਕੋਲ ਕੋਈ ਹੱਲ ਨਹੀਂ ਸਿਵਾਏ ਧਰਨੇ ਤੋਂ ਜਿੰਨਾ ਚਿਰ ਸਰਕਾਰ ਸਾਡਾ ਕੋਈ ਪੱਕਾ ਹੱਲ ਨਹੀਂ ਕਰਦੀ ਸਾਨੂੰ ਰੈਗੂਲਰ ਦੇ ਆਰਡਰ ਨਹੀਂ ਦਿੰਦੀ ਇਹ ਸਾਡਾ ਧਰਨਾ ਇਸੇ ਤਰ੍ਹਾਂ ਜਾਰੀ ਰਹੂਗਾ ਇੱਕ ਹੋਰ ਦੱਸੋ ਜੇ ਤੁਸੀਂ ਸਰਕਾਰ ਨਾਲ ਕਮਿਊਨੀਕੇਸ਼ਨ ਕਰਦੇ ਹੋ ਫਰਜ਼ ਕਰੋ ਵੀ ਸਿੱਖਿਆ ਮੰਤਰੀ ਨਾਲ ਹਰਜੋਤ ਸਿੰਘ ਬੈਂਸ ਨਾਲ ਜਾਂ ਕਿਸੇ ਹੋਰ ਉੱਚ ਅਧਿਕਾਰੀ ਨਾਲ ਉਹ ਤੁਹਾਡਾ ਸੌਖਾ ਹੁੰਦਾ ਕਿ ਉੱਥੇ ਵੀ ਬਹੁਤ ਅੜਚਣਾ ਆ ਰਹੀਆਂ ਕਿ ਉੱਥੇ ਰਾਬਤਾ ਹੁੰਦਾ ਗੱਲਬਾਤ ਕਰ ਲੈਂਦੇ ਆ ਛੇਤੀ ਗੱਲਬਾਤ ਇਹ ਹੈ ਜੀ ਦੇਖੋ ਸਾਨੂੰ ਟੇਬਲ ਟਾਕ ਇੱਕ ਮੀਟਿੰਗ ਮਿਲਦੀ ਹੁੰਦੀ ਹੈ ਸਾਡੀ ਜਥੇਬੰਦੀ ਸਾਡੇ ਪ੍ਰਧਾਨ ਸਾਹਿਬ ਜਾਂਦੇ ਨੇ ਜੀ ਉੱਥੇ ਬਟ ਉੱਥੇ ਵੀ ਇਹੀ ਹੈਗਾ ਕਿ ਸਿਰਫ ਹੈਲੋ ਬ੍ਰਦਰ ਹਾਂਜੀ ਬ੍ਰਦਰ ਉਹ ਸ਼ਬਦ ਨੇ ਜਿਹੜੇ ਸਿੱਖਿਆ ਮੰਤਰੀ ਜੀ ਬੋਲ ਕੇ ਉਹਨਾਂ ਨੂੰ ਵਾਪਸ ਲਾਰਾ ਇੱਕ ਮਿੱਠੀ ਗੋਲੀ ਦੇ ਕੇ ਭੇਜ ਦਿੰਦੇ ਨੇ ਵੀ ਤੁਹਾਡਾ ਕੰਮ ਜਲਦੀ ਹੋਊਗਾ ਜਲਦੀ ਹੋਊਗਾ ਜਲਦੀ ਹੋਊਗਾ ਪਤਾ ਨਹੀਂ ਇਹ ਕੰਮ ਹੋਣਾ ਨਹੀਂ ਹੋਣਾ ਮੈਨੂੰ ਨਹੀਂ ਲੱਗਦਾ ਹੈਗਾ ਵੀ ਹੁਣ ਇਹ ਛਿੱਤਰਾਂ ਤੋਂ ਬਿਨਾਂ ਕੁਛ ਕਰਨਗੇ ਚੰਗੀ ਤਰ੍ਹਾਂ ਅਤੇ ਚੀਮਾ ਸਾਹਿਬ ਨਾਲ ਵੀ ਇੱਕ ਦੋ ਵਾਰ ਮੀਟਿੰਗ ਹੋਈ ਆ ਉਹ ਕਹਿ ਦਿੰਦੇ ਨੇ ਵੀ ਤੁਹਾਡਾ ਕੰਮ ਸੀਐਮ ਸਾਹਿਬ ਨੇ ਕਰਨਾ ਜੀ ਖਜ਼ਾਨਾ ਮੰਤਰੀ ਉਹ ਕਹਿ ਦਿੰਦੇ ਨੇ ਵੀ ਤੁਹਾਡਾ ਕੰਮ ਸੀਐਮ ਸਾਹਿਬ ਨੇ ਕਰਨਾ ਸੀਐਮ ਸਾਹਿਬ ਮੀਟਿੰਗ ਦੇਣ ਤੋਂ ਹਰ ਵਾਰ ਭੱਜ ਜਾਂਦੇ ਨੇ ਪਤਾ ਨਹੀਂ ਉਹਨਾਂ ਨੂੰ ਕਿਉਂ ਡਰ ਲੱਗਦਾ ਇਸ ਚੀਜ਼ ਤੋਂ ਬੰਦਾ ਇੱਕ ਮੀਟਿੰਗ ਤਾਂ ਕਰ ਸਕਦਾ ਡੇਢ ਕਿਲੋਮੀਟਰ 'ਤੇ ਉਹਦੀ ਕੋਠੀ ਹੈ ਉਹਨੂੰ ਹੋਰ ਲੋਕਾਂ ਦਾ ਦਰਦ ਉਹਨੂੰ ਦਿਖਦਾ ਹੈਗਾ ਪਰ ਉਹਨੂੰ ਸਾਡਾ ਦਰਦ ਨਹੀਂ ਦਿਸ ਰਿਹਾ ਹੈਗਾ ਕਿ ਅਸੀਂ ਇੱਥੇ 48 ਦਿਨ ਤੋਂ ਸਾਡਾ ਵੀਰ ਟੈਂਕੀ 'ਤੇ ਬੈਠਾ ਇੰਨੀ ਤਪਦੀ ਧੁੱਪ ਦੇ ਵਿੱਚ ਅਸੀਂ ਸੰਘਰਸ਼ ਕਰ ਰਹੇ ਹਾਂਗੇ ਕਿ 2 ਮਿੰਟ ਦਾ ਉਹਦੇ ਕੋਲ ਟਾਈਮ ਨਹੀਂ ਹੈਗਾ ਕਿ ਇੱਥੇ ਆ ਕੇ ਸਾਡੀ ਗੱਲਬਾਤ ਸੁਣ ਸਕੇ ਇੱਥੇ ਨਹੀਂ ਆਉਣਾ ਉੱਥੇ ਬੁਲਾ ਲੇ ਸਾਡੀ ਜਥੇਬੰਦੀ ਨੂੰ ਬੁਲਾਵੇ ਗੱਲਬਾਤ ਕਰੇ ਵੀ ਯਾਰ ਤੁਹਾਡਾ ਆਹ ਕੰਮ ਹੈ ਮੈਂ ਇੱਦਾਂ ਕਰੂੰਗਾ ਉਹਦੇ ਕੋਲ ਟਾਈਮ ਹੀ ਨਹੀਂ ਹੈਗਾ ਗੱਲ ਕਰਨ ਦਾ ਗੱਲਾਂ ਮਾਰਨ ਦਾ ਟਾਈਮ ਹੈਗਾ ਸੋਸ਼ਲ ਮੀਡੀਆ 'ਤੇ ਬਸ ਇੱਕ ਸ਼ੋਸ਼ੇਬਾਜ਼ੀ ਵਾਲੀ ਸਰਕਾਰ ਹੈਗੀ ਜਿਹੜੀ ਕਿ ਹੁਣ ਸਾਡੇ ਪੰਜਾਬ ਨੂੰ ਵੀ ਮੈਨੂੰ ਲੱਗਦਾ ਬਰਬਾਦ ਕਰ ਦੂ ਸਾਡੀ ਜ਼ਿੰਦਗੀ ਤਾਂ ਇਹਨੇ ਬਰਬਾਦ ਕਰ ਹੀ ਦਿੱਤੀ ਜਿਵੇਂ ਬਾਈ ਹੁਣਾਂ ਨੂੰ ਸਵਾਲ ਕੀਤਾ ਸੀ ਪਰ ਆਈਟੀ ਵਿੰਗ ਤਾਂ ਇਹੀ ਕਹਿ ਰਿਹਾ ਵੀ ਇਹ ਬਦਲਾਵ ਸਭ ਤੋਂ ਵਧੀਆ ਬਦਲਾਵ ਹੈ ਇਹ ਪੰਜਾਬ ਨੂੰ ਸੁਨਹਿਰੀ ਪੰਜਾਬ ਬਣਾਊਗਾ ਇਹ ਬਦਲਾਵ ਬਿਲਕੁਲ ਨਹੀਂ ਜੀ ਪਹਿਲਾਂ ਲੱਗਦਾ ਸੀਗਾ ਅਸੀਂ ਵੀ ਬੜੇ ਜ਼ੋਰਾਂ ਸ਼ੋਰਾਂ ਨਾਲ ਵੋਟਾਂ ਪਾਈਆਂ ਸੀਗੀਆਂ ਸਰਕਾਰ ਨੂੰ ਅਸੀਂ ਖੁਦ ਸਾਰਿਆਂ ਨੇ ਪੂਰਾ ਜ਼ੋਰ ਲਾਇਆ ਸੀਗਾ ਵੀ ਇਹ ਸਰਕਾਰ ਨੂੰ ਵੋਟਾਂ ਪਾਓ ਆਪਾਂ ਬਦਲਾਅ ਦੇਖਣਾ ਹੈਗਾ ਪੰਜਾਬ ਦੇ ਵਿੱਚ ਬਦਲਾਅ ਹੈ ਜਿਹੜਾ ਉਹ ਆਉਣਾ ਚਾਹੀਦਾ ਹੈਗਾ ਕਿਉਂਕਿ ਆਪਾਂ 70 ਸਾਲ ਤੋਂ ਦੂਜੀਆਂ ਸਰਕਾਰਾਂ ਦੇਖ ਚੁੱਕੇ ਸੀ ਪਰ ਹੁਣ ਅਸੀਂ ਬਦਲਾਅ ਹੈ ਜਿਹੜਾ ਉਹ 1.5 ਸਾਲ 'ਚ ਹੀ ਦੇਖ ਚੁੱਕੇ ਹਾਂ 1.5 ਸਾਲ ਦੇ ਵਿੱਚ 1 ਮਹੀਨੇ ਦੇ ਵਿੱਚ 1 ਵਾਰ ਐਲਾਨ ਕਰਨਾ 16 ਵਾਰ ਸਾਡਾ ਐਲਾਨ ਹੋ ਚੁੱਕਿਆ ਵੱਖ ਵੱਖ ਸਟੇਜਾਂ ਦੇ ਉੱਪਰੋਂ ਅਤੇ ਇਹ ਉਹਨਾਂ ਦੇ ICT ਵਿੰਗ ਨੂੰ ਸਾਰਾ ਪਤਾ ਹੈਗਾ ਕਿ ਭਗਵੰਤ ਮਾਨ ਜੀ ਕਿੱਥੇ ਕਿੱਥੇ ਸਾਡਾ ਕੀ ਐਲਾਨ ਕਰਦੇ ਨੇ ਪਰ ਫਿਰ ਵੀ ਉਹ ਜਿਹੜੀ ਖਬਰ ਹੈਗੀ ਉਹ ਸਿਰਫ ਉਹਦੇ ਹੱਕ 'ਚ ਹੀ ਬੋਲਦੇ ਨੇਗੇ ਉਹਨਾਂ ਨੂੰ ਸਾਡਾ ਕੋਈ ਫਿਕਰ ਨਹੀਂ ਹੈਗਾ ਅਤੇ ਸਾਨੂੰ ਪਤਾ ਵੀ ਇਹ ਸਰਕਾਰ ਅਸੀਂ ਕਿਵੇਂ ਬਣਾਈ ਹੈ ਲੋਕਾਂ ਨੂੰ ਕਹਿ ਕੇ ਸਾਰੀਆਂ ਵੋਟਾਂ ਪਵਾਈਆਂ ਸਾਰਾ ਕੁਛ ਕੀਤਾ ਪਰ ਇਹ ਸਰਕਾਰ ਦੀ ਜਿਹੜੀ ਜੜ ਹੈ ਨਾ ਉਹ ਅਸੀਂ ਲੋਕਾਂ ਨੇ ਲਾਈ ਹੈ ਅਤੇ ਜੇ ਅਸੀਂ ਜੜ ਲਾ ਸਕਦੇ ਹਾਂ ਤਾਂ ਅਸੀਂ ਜੜ ਪੱਟ ਵੀ ਸਕਦੇ ਹਾਂ ਬਾਈ ਕੀ ਲੱਗਦਾ ਹੈਗਾ ਤੁਹਾਨੂੰ ਫਿਰ ਕੋਈ ਹੱਲ ਹੁੱਲ ਲੱਗਦਾ ਹੈਗਾ ਕਿ ਐਂ ਹੀ ਇਹ ਸਾਰਾ ਸਿਸਟਮ ਚੱਲੂਗਾ ਤਾਣਾ ਬਾਣਾ ਕਿਉਂਕਿ ਬਹੁਤ ਸਾਰੇ ਜਿਹੜੇ ਦੂਜੇ ਆਈਟੀ ਵਿੰਗ ਨੇ ਉਹ ਇਹ ਕਹਿ ਰਹੇ ਆ ਵੀ ਇਹਨਾਂ ਨਹੀਂ ਜਿਤਾਏ ਆ ਹੁਣ ਭੁਗਤੀ ਜਾਣਗੇ ਸਰ ਦੇਖੋ ਅਸੀਂ ਜਿਤਾਏ ਜ਼ਰੂਰ ਨੇ ਜੀ ਅਸੀਂ ਪੂਰਾ ਜ਼ੋਰ ਲਾਇਆ ਜਿਤਾਣ ਦੇ ਜੀ ਨੋ ਡਾਊਟ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਸਰ ਵੋਟਾਂ ਮੰਗੀਆਂ ਨੇ ਜੀ ਇਸ ਪਾਰਟੀ ਲਈ ਜੀ ਅਦਰਵਾਇਜ਼ ਅਸੀਂ ਕਿਸੇ ਪਾਰਟੀ ਨੂੰ ਜੀ ਬਿਲਕੁਲ ਵੀ ਅਸੀਂ ਕਿਸੇ ਨੇ ਵੋਟ ਨਹੀਂ ਮੰਗੀ ਸਰ ਅਸੀਂ ਤਾਂ ਵੋਟ ਪਾਉਣ ਦੇ ਹੱਕ 'ਚ ਵੀ ਨਹੀਂ ਹੁੰਦੇ ਸਰ ਪਰ ਇਸ ਨੂੰ ਪਾਰਟੀ ਨੂੰ ਜਦੋਂ ਲੈ ਕੇ ਆਉਣਾ ਸੀਗਾ ਸਰ ਅਸੀਂ ਪਿੰਡਾਂ ਵਿੱਚ ਜਾ ਕੇ ਜੀ ਪ੍ਰਚਾਰ ਕੀਤਾ ਜੀ ਉਦਾਹਰਨ ਤੌਰ 'ਤੇ ਮਾਨ ਸਾਹਿਬ ਦੇਖ ਸਕਦੇ ਨੇ ਜੀ ਅਸੀਂ ਹਾਂ ਜੀ ਭਾਦਸੋਂ ਦੇ ਵਿੱਚ ਆਪਦੀ ਟਰਾਲੀ ਲੈ ਕੇ ਗਏ ਸੀਗੇ ਜਿੱਥੇ ਅਸੀਂ ਜਾ ਕੇ ਕਿਹਾ ਸੀਗਾ ਜੀ ਵੀ ਚੰਨੀ ਨੂੰ ਵੋਟ ਨਹੀਂ ਇੱਥੇ ਪਾਉਣੀ ਹੈਗੀ ਜੀ ਮਾਨ ਸਾਹਿਬ ਇੱਥੋਂ ਜਿੱਤਣੇ ਚਾਹੀਦੇ ਨੇ ਜੀ ਅਤੇ ਸਰ ਅਸੀਂ ਪੂਰਾ ਜ਼ੋਰ ਲਾ ਕੇ ਇਹਨੂੰ ਜਿਤਾਇਆ ਜੀ ਪਾਰਟੀ ਨੂੰ ਪਰ ਪਾਰਟੀ ਨੇ ਜੀ ਸਾਡੇ ਲਈ ਕੁਛ ਨਹੀਂ ਕੀਤਾ ਹੈਗਾ ਜੀ ਕਿਉਂਕਿ ਸਾਡੇ ਲਈ ਤਾਂ ਦੇਖੋ ਪਹਿਲਾਂ ਵੀ ਡਾਂਗਾ ਸੀਗੇ ਜੀ ਅਤੇ 1 ਜੁਲਾਈ ਨੂੰ ਸਾਡੇ ਨਾਲ ਫਿਰ ਇੱਥੇ ਹੋਈ
ਤੁਹਾਡੀ ਹੀ ਭੈਣ ਆ ਉਹਨਾਂ ਨੂੰ ਟੈਂਕੀ ਤੋਂ ਲਾਇਆ ਵੀ ਸੀਗਾ ਆ ਕੇ ਅਤੇ ਉਹ ਤਾਂ ਖੁਸ਼ ਹੋਣਗੇ ਹੁਣ। ਸਰ ਦੇਖੋ ਜਿਹੜੀ ਨਸ਼ੇ ਦੀ ਗੱਲ ਹੈ ਜੀ ਹੈ ਨਾ ਜੀ, ਉਹ ਤਾਂ ਮਾਨਸਾ ਦੇ ਵਿੱਚ ਜਿਹੜਾ ਆਪਣਾ ਪਲਵਿੰਦਰ ਸਿੰਘ ਝੋਟਾ ਹੈ ਜੀ ਹੈ ਨਾ ਬਾਈ ਨੂੰ ਨਸ਼ੇ ਦੇ ਵਿਰੁੱਧ ਬੋਲਿਆ ਸੀਗਾ, ਤਾਂ ਦੇਖ ਲਓ ਉਹਨਾਂ ਨੇ ਉਹਦੇ ਨਾਲ ਕੀ ਕਰਵਾਇਆ ਗਾ। ਉਹ ਤਾਂ ਸਰਕਾਰ ਨੂੰ ਪਤਾ ਨਹੀਂ ਦੇਖ ਕਿਉਂ ਨਹੀਂ ਰਿਹਾ, ਮਾਨ ਸਾਹਿਬ ਕਿੱਥੇ ਬੈਠੇ ਹੈਗੇ, ਉਹਨਾਂ ਨੂੰ ਬਿਲਕੁਲ ਵੀ ਇਸ ਚੀਜ਼ ਦਾ ਖਿਆਲ ਨਹੀਂ ਹੈਗਾ ਵੀ ਜਾ ਕੇ ਉੱਥੇ ਉਹਨਾਂ ਨਾਲ ਗੱਲ ਕਰਨ ਨਸ਼ੇ ਵਿਰੁੱਧ ਜੀ। ਫਿਰ ਜੇ ਨਸ਼ੇ ਦੇ ਰੋਕਣੇ ਸੀਗੇ ਤਾਂ ਪੰਜਾਬ ਦੇ ਵਿੱਚ ਨਸ਼ੇ ਸਰ ਉਵੇਂ ਵਿਕ ਰਹੇ ਨੇ ਜੀ ਹੁਣ ਵੀ ਜੀ, ਪੰਜਾਬ ਦੇ ਵਿੱਚ ਨਸ਼ੇ ਅੱਜ ਵੀ ਸਰ ਉਵੇਂ ਨੇ ਜੀ, ਪਰ ਪੰਜਾਬ ਦਾ ਜਿਹੜਾ ਖੁਸ਼ਹਾਲ ਕਰਨਾ ਸੀਗਾ ਜੀ, ਰੰਗਲਾ ਪੰਜਾਬ ਦਾ ਜਿਹੜਾ ਮਾਨ ਸਾਹਿਬ ਦਾ ਸੁਪਨਾ ਸੀਗਾ, ਪਰ ਉਹ ਰੰਗਲਾ ਪੰਜਾਬ ਕਿਤੇ ਵੀ ਨਹੀਂ ਹੈਗਾ ਸਰ। ਲੋਕ ਮਾਨ ਸਾਹਿਬ ਕਹਿੰਦੇ ਸੀਗੇ ਵੀ ਬਾਹਰ ਨਹੀਂ ਜਾਣਗੇ ਜੀ ਅੱਜ ਤੋਂ ਬਾਅਦ ਜੀ, ਗੋਰੇ ਇੱਥੇ ਨੌਕਰੀ ਲੈਣ ਲਈ ਆਇਆ ਕਰਨਗੇ ਸਰ। ਜੇ ਗੋਰਿਆਂ ਨੂੰ ਨੌਕਰੀ ਦੇਣ ਦੀ ਗੱਲ ਦੂਰ ਹੈ ਸਰ, ਇਹਦੇ ਪੰਜਾਬ ਦੇ ਲੋਕ ਇਸ ਟੈਂਕੀਆਂ 'ਤੇ ਬੈਠੇ ਹੈਗੇ ਸਰ, ਉਹਨਾਂ ਦੇ ਵੋਟਰ ਆ ਸਰ, ਅਸੀਂ ਪੰਜਾਬ ਦੇ ਲੋਕ ਹਾਂਗੇ, ਉਹਨਾਂ ਦੇ ਸਕੂਲਾਂ ਦੇ ਵਿੱਚ ਅਸੀਂ ਪੜ੍ਹਾ ਰਹੇ ਹਾਂਗੇ, ਸੇਵਾ ਦੇ ਰਹੇ ਹਾਂਗੇ ਸਰ, ਪਰ ਉਹੀ ਟੈਂਕੀਆਂ 'ਤੇ ਬੈਠੇ ਨੇ ਸਰ। ਹੁਣ ਮਾਨ ਸਾਹਿਬ ਰੰਗਲਾ ਪੰਜਾਬ ਕਿਵੇਂ ਕਹਿ ਸਕਦੇ ਨੇ ਜੀ, ਗਰਾਊਂਡ ਲੈਵਲ 'ਤੇ ਸਰ ਵੋਟਾਂ ਦੀ ਗੱਲ ਕੀਤੀ ਹੈ, ਵੋਟਰ ਸੂਚੀਆਂ ਤੁਸੀਂ ਚੈੱਕ ਕਰ ਲਓ, ਵੋਟਾਂ ਹੀ ਨਾ ਕੱਟਤੀਆਂ ਹੁਣ ਤੁਹਾਡੀਆਂ। ਦੇਖੋ ਜੀ, ਵੋਟਾਂ ਕੱਟ ਦੇਣਗੇ ਤਾਂ ਹੋਰ ਵੀ ਵਧੀਆ, ਤਾਂ ਆਉਣ ਵਾਲੇ ਸਮਾਜ ਦੇ ਵਿੱਚ ਉਹਨਾਂ ਦੀ ਆਪਣੀ ਜਿਹੜੀ ਆ ਉਹ ਇਹ ਚੀਜ਼ ਜਾਊਗੀ ਕਿ ਡਿਕਟੇਟਰਸ਼ਿਪ ਪੂਰੇ ਜ਼ੋਰਾਂ ਨਾਲ ਹਾਵੀ ਆ, ਡਿਕਟੇਟਰਸ਼ਿਪ ਚੱਲ ਰਹੀ ਆ, ਆਮ ਸਮਾਜ ਨੂੰ ਲਤਾੜਿਆ ਜਾ ਰਿਹਾ, ਦਮਨਕਾਰੀ ਦੀ ਨੀਤੀ ਜਿਹੜੀ ਆ ਉਹ ਅਪਣਾਈ ਹੋਈ ਆ ਸਰਕਾਰ ਨੇ। ਜੇ ਵੋਟਾਂ ਕੱਟਣਗੇ ਤਾਂ ਲੋਕਾਂ ਦੇ ਵਿੱਚ ਬਹੁਤ ਵਧੀਆ ਜਿਹੜਾ ਪੱਖ ਜਾਊਗਾ, ਤਾਂ ਲੋਕ ਵਿਦਰੋਹ ਦੇ ਵਿੱਚ ਆਪਣੇ ਆਪ ਉੱਠਣਗੇ। ਇਹ ਜਿਹੜੇ ਜੋ ICT ਵਿੰਗ ਰਾਹੀਂ ਜਾਂ ਪ੍ਰਚਾਰ ਕਰਦੇ ਨੇ, ਫੇਸਬੁੱਕਾਂ 'ਤੇ ਪ੍ਰਚਾਰ ਕਰ, ਯੂਟਿਊਬ 'ਤੇ ਪ੍ਰਚਾਰ ਕਰਦੇ ਨੇ, ਚੈਨਲਾਂ ਦੇ ਮਾਧਿਅਮ ਰਾਹੀਂ ਜਿਹੜਾ ਪ੍ਰਚਾਰ ਕਰਦੇ ਨੇ, ਉਹ ਕਿਤੇ ਨਾ ਕਦੇ ਲੋਕਾਂ ਦੇ ਵਿੱਚ ਉਹ ਪੱਖ ਜਾਊਗਾ ਕਿ ਵਾਕਈ ਜਿਹੜੀ ਸਰਕਾਰ ਆ ਫੇਸਬੁੱਕੀ ਸਰਕਾਰ ਆ, ਅਤੇ ਜਿਹੜਾ ਸਿਰਫ ਪ੍ਰਚਾਰ ਦਾ ਕੰਮ ਜਿਹੜਾ ਕੰਮ ਚੱਲ ਰਿਹਾ, ਅਤੇ ਜਿਹੜੀ ਅਮਲੀ ਰੂਪ ਦੇ ਵਿੱਚ ਕੱਖ ਵੀ ਨਹੀਂ ਹੈ, ਕਮਲੀ ਵਿੱਚ ਕੱਖ ਵੀ ਨਹੀਂ ਕੀਤਾ, ਤਾਂ ਜਿਹੜੇ ਵਾਅਦੇ ਕਰਕੇ ਆਏ ਸੀ ਉਹਨਾਂ ਵਾਅਦਿਆਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ, ਸਾਰੇ ਲਾਰੇ ਦੇ ਲਾਰੇ ਲਾਰੇ ਸਾਬਤ ਹੋਏ ਨੇ ਜੀ। ਸੋ ਇਹ ਰਿਪੋਰਟ ਸੀਗੀ ਆ, ਤੁਸੀਂ ਦੇਖ ਲਓ ਵੀ 48ਵਾਂ ਦਿਨ ਆ, ਤੁਸੀਂ ਦਿਨ ਬਾਈ ਬਦਲ ਦਿੰਦੇ ਹੋ ਇੱਥੇ। ਹਾਂਜੀ ਸਰ। ਆ ਦੇਖ ਲਓ 48ਵਾਂ ਦਿਨ ਆ ਇਹਨਾਂ ਦਾ ਧਰਨੇ ਦਾ। ਸੋ ਇਹ ਦੇਖ ਲਓ ਵੀ ਪੰਜਾਬ ਰੰਗਲੇ ਪੰਜਾਬ ਕਣੀ ਵੱਧ ਰਿਹਾ ਹੈਗਾ ਜਾਂ ਹੋਰ ਪਾਸੇ ਨੂੰ ਵੱਧ ਰਿਹਾ ਹੈਗਾ। ਦਾਅਵੇ ਬਹੁਤ ਵੱਡੇ ਵੱਡੇ ਕੀਤੇ ਜਾਂਦੇ ਆ ਸਾਰੀਆਂ ਹੀ ਸਰਕਾਰਾਂ ਵੱਲੋਂ, ਅਤੇ ਇਹਨਾਂ ਨੂੰ ਵੀ ਸ਼ਾਇਦ ਇਹ ਮਹਿਸੂਸ ਹੋਣ ਲੱਗ ਗਿਆ ਹੋਊਗਾ ਵੀ ਜਾਂ ਤਾਂ ਆਉਣ ਵਾਲੇ ਭਵਿੱਖ ਦੇ ਵਿੱਚ ਇਹ ਵਾਲੀ ਸੱਤਾਧਰ ਪਾਰਟੀ ਨੂੰ ਇਹਨਾਂ ਦੀਆਂ ਵੋਟਾਂ ਦੀ ਲੋੜ ਨਹੀਂ, ਜਾਂ ਫਿਰ ਸੱਤਾਧਰ ਪਾਰਟੀ ਨੇ ਸਹੁੰ ਖਾ ਲਈ ਆ ਵੀ ਇਹਨਾਂ ਦਾ ਅਸੀਂ ਭਵਿੱਖ ਖਰਾਬ ਕਰਨਾ ਅਤੇ ਕਿਸੇ ਹੋਰ ਲੋਕਾਂ ਦਾ ਭਵਿੱਖ ਬਣਾਉਣਾ, ਜਾਂ ਫਿਰ ਇਹ ਪੰਜਾਬ ਦੇ ਬਸ਼ਿੰਦੇ ਨਹੀਂ। ਇਹ ਬਹੁਤ ਵੱਡੇ ਸਵਾਲ ਨੇ, ਅਤੇ ਸਾਡੇ ਖਾਸ ਕਰਕੇ ਵੱਡੇ ਸਵਾਲ ਆ ਉਹਨਾਂ ਭਰਾਵਾਂ ਤੱਕ ਜਿਹੜੇ ਇਹ ਰਿਪੋਰਟ ਦੇਖਣਗੇ, ਖਾਸ ਕਰਕੇ NRI ਭਰਾ ਜਿਹੜਾ ਨੇ ਸਰਕਾਰ ਨੂੰ ਬਹੁਤ ਸਾਰੀ ਮਦਦ ਵੀ ਭੇਜੀ ਆ, ਬਹੁਤ ਸਾਰੇ ਲੋਕਾਂ ਨੇ ਇਹਨਾਂ ਨੂੰ ਸਮਰਥਨ ਵੀ ਦਿੱਤਾ ਗਾ ਵੀ ਉਹ ਸਰਕਾਰ ਨੂੰ ਸਵਾਲ ਕਰਨ ਵੀ ਕੀ ਇਹ ਪੰਜਾਬ ਦੇ ਜਾਏ ਨੇ ਜਾਂ ਫਿਰ ਇਹ ਕਿਤੋਂ ਬਾਹਰੋਂ ਆਏ ਨੇ। ਅੱਗੇ ਵੀ ਅਸੀਂ ਇਸ ਖਬਰ ਦੇ ਨਾਲ ਬਣੇ ਰਹਾਂਗੇ, ਤੁਸੀਂ ਆਪਣਾ ਸਮਾਂ ਦਿੱਤਾ ਜੀ, ਧੰਨਵਾਦ।